ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਲੰਡਨ ਡਰੱਗਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਸਾਈਬਰ ਸੁਰੱਖਿਆ ਉਲੰਘਣਾ ਕਾਰਨ ਰਿਟੇਲਰਸ ਨੂੰ ਬੰਦ ਕਰਨ ਦੇ ਲਈ ਮਜਬੂਰ ਕਰਨ ਤੋਂ ਬਾਅਦ ਉਹਨਾਂ ਨੇ ਪੱਛਮੀ ਕੈਨੇਡਾ ਦੇ ਵਿੱਚ ਹੁਣ ਆਪਣੇ ਸਾਰੇ ਸਟੋਰ ਦੁਬਾਰਾ ਖੋਲ੍ਹ ਦਿੱਤੇ ਨੇ ਅਤੇ ਨਾਲ ਹੀ ਉਹਨਾਂ ਸਾਰਿਆਂ ਤੋਂ ਮਾਫ਼ੀ ਵੀ ਮੰਗੀ ਹੈ। ਰਿਚਮੰਡ BC ਅਧਾਰਿਤ ਰਿਟੇਲਰ ਫਾਰਮੇਸੀ ਚੇਨ ਪੱਛਮੀ ਕੈਨੇਡਾ ਦੇ ਵਿੱਚ 79 ਸਟੋਰਾਂ ਦਾ ਸੰਚਾਲਨ ਕਰਦੀ ਹੈ। ਇੱਕ ਜਾਣਕਾਰੀ ਦੇ ਮੁਤਾਬਕ ਉਹਨਾਂ ਆਪਣੇ ਸਟੋਰਾਂ ਨੂੰ ਦੁਬਾਰਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਅਤੇ 28 ਅਪ੍ਰੈਲ ਨੂੰ ਉਲੰਘਣਾ ਦਾ ਪਤਾ ਲੱਗਣ ਤੋਂ ਬਾਅਦ ਆਪਣੇ ਸਿਸਟਮ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਔਨਲਾਈਨ ਲਿਆਉਣ ਦੇ ਲਈ ਸੁਤੰਤਰ ਸਾਈਬਰ ਸੁਰੱਖਿਆ ਮਾਹਰਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਲੰਘਣਾ ਦੇ ਦੌਰਾਨ ਕਿਸੇ ਵੀ ਖਪਤਕਾਰ ਡੇਟਾਬੇਸ ਨਾਲ ਸਮਝੌਤਾ ਕੀਤਾ ਗਿਆ ਸੀ, ਜਿਸ ਦੇ ਵਿੱਚ ਫਾਰਮੇਸੀ ਦੇ ਮਰੀਜ਼ ਅਤੇ ਜਿਹੜੇ LD ਐਕਸਟਰਾ ਮੈਂਬਰ ਸ਼ਾਮਿਲ ਨੇ। ਮੰਗਲਵਾਰ ਦੁਪਹਿਰ ਤੱਕ ਲੰਡਨ ਡਰੱਗਸ ਦੀ ਵੈਬਸਾਈਟ ਦਾ ਕਹਿਣਾ ਹੈ ਕਿ ਫਾਰਮੇਸੀ ਸਟਾਫ ਗਾਹਕਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਜ਼ਰੂਰੀ ਲੋੜਾਂ ਨੂੰ ਹੱਲ ਕਰਨ ਦੇ ਲਈ ਸਾਰੀਆਂ ਥਾਵਾਂ 'ਤੇ ਉਪਲਬਧ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫੋਨ ਲਾਈਨਾਂ ਖੁੱਲ੍ਹੀਆਂ ਹੋਈਆਂ ਨੇ, ਪਰ ਲੋਕ ਨਿਯਮਿਤ ਕਾਰੋਬਾਰੀ ਘੰਟਿਆਂ ਦੌਰਾਨ ਆਪਣੀਆਂ ਪਿਛਲੀਆਂ ਨੁਸਖੇ ਵਾਲੀਆਂ ਯਾਨੀ ਪ੍ਰਿਸਕ੍ਰਿਪਸ਼ਨ ਵਾਲੀਆਂ ਬੋਤਲਾਂ ਨੂੰ ਆਪਣੀ ਸਥਾਨਕ ਫਾਰਮੇਸੀ ਵਿੱਚ ਲਿਆਉਣ ਲਈ ਵੀ ਸਵਾਗਤ ਕੀਤਾ ਜਾ ਰਿਹਾ ਹੈ। ਫਿਲਹਾਲ ਕਨੈਕਟੀਵਿਟੀ ਮੁੱਦਿਆਂ ਦੇ ਕਾਰਨ ਅਜੇ ਨਵੇਂ ਨੁਸਖੇ ਯਾਨੀ ਨਵੀਆਂ ਪ੍ਰਿਸਕ੍ਰਿਪਸ਼ਨ ਭਰਨ ਦੇ ਯੋਗਤਾ ਫਾਰਮੇਸੀਆਂ ਨਹੀਂ ਹੈ। ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸਟੋਰ ਬੰਦ ਹੋਣ ਕਾਰਨ ਪ੍ਰਚੂਨ ਸਟਾਫ ਨੂੰ ਜਾਂ ਤਾਂ ਸ਼ੈਲਫਾਂ ਕਰਕੇ ਦੁਬਾਰਾ ਖੋਲ੍ਹਣ ਦੀ ਤਿਆਰੀ ਲਈ ਕੰਮ 'ਤੇ ਆਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਾਂ ਉਹ ਆਪਣੇ ਛੁੱਟੀਆਂ ਦੇ ਦਿਨਾਂ ਦੀ ਵਰਤੋਂ ਕਰ ਸਕਦੇ ਨੇ ਅਤੇ ਘਰ ਰਹਿ ਸਕਦੇ ਨੇ। ਲੰਡਨ ਡਰੱਗ ਸਾਈਬਰ ਅਟੈਕ ਦਾ ਸ਼ਿਕਾਰ ਹੋਇਆ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਨੇ। ਪਰ ਇੰਸ਼ੋਰੈਂਸ ਅਜਿਹੇ ਸਾਈਬਰ ਅਟੈਕ ਸਮੇਂ ਤੁਹਾਡੇ ਲਈ ਸਹਾਇ ਹੋ ਸਕਦਾ ਹੈ। AMC ਇੰਸ਼ੋਰੈਂਸ ਦੀ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਜਦੋਂ ਸਾਈਬਰ ਸੁਰੱਖਿਆ ਦੀ ਗੱਲਬਾਤ ਆਉਂਦੀ ਹੈ, ਇੰਸ਼ੋਰੈਂਸ ਦੀ ਗੱਲਬਾਤ ਆਉਂਦੀ ਹੈ, ਤਾਂ ਕਿੰਨਾ ਕੁ ਜ਼ਰੂਰੀ ਹੈ? ਸੋ ਸਾਈਬਰ ਬਹੁਤ ਟੋਪ ਆਫ ਦਾ ਲਾਈਨ ਟੋਪਿਕ ਬਣਿਆ ਹੋਇਆ ਲਾਸਟ ਆਪਣੇ ਸਪੈਸ਼ਲੀ ਹੁਣ ਲਾਸਟ ਵੀਕ ਦੇ ਵਿੱਚ, ਕਿਉਂਕਿ ਲੰਡਨ ਡਰੱਗ 'ਤੇ ਕਾਫੀ ਵੱਡਾ ਸਾਈਬਰ ਅਟੈਕ ਹੋਇਆ ਹੋਊਗਾ, ਜਿਹੜਾ 7 ਦਿਨ ਲੰਡਨ ਡਰੱਗ ਬੰਦ ਰਿਹਾ ਆ। ਸੋ ਦੈਟ ਮੀਨ ਦੇਰ ਇਜ਼ ਨੀਡ ਫੋਰ ਸਾਈਬਰ ਇੰਸ਼ੋਰੈਂਸ ਇਨ ਦ ਇੰਡਸਟਰੀ, ਬਿਕੋਜ਼ ਆਪਣਾ ਲਾਈਫ ਸਟਾਈਲ ਚੇਂਜ ਹੋ ਰਿਹਾ ਆ, ਆਪਣੇ ਨੀਡਸ ਚੇਂਜ ਹੋ ਰਹੇ ਆ। ਆਪਾਂ ਕਿਸ ਹਿਸਾਬ ਨਾਲ ਬਿਜ਼ਨਸ ਅੱਗੇ ਕਰਦੇ ਸੀਗੇ, ਹੁਣ ਕਿਸ ਹਿਸਾਬ ਨਾਲ ਆਪਾਂ ਬਿਜ਼ਨਸ ਕਰਦੇ ਹੈਗੇ ਹਾਂ, ਈਵਨ ਦੋ ਪਰਸਨਲ ਦੇ ਵਿੱਚ ਵੀ ਆਪਣੇ ਹੋਮ ਇੰਸ਼ੋਰੈਂਸ ਦੇ ਵਿੱਚ ਆਪਣੀਆਂ ਪਰਸਨਲ ਆਪਾਂ ਆਈਟਮਸ ਕਿੱਦਾਂ ਸੇਵ ਕਰਦੇ ਹਾਂ, ਕਿੱਥੇ ਸਿਕਿਓਰਡ ਹੈਗੇ ਹਾਂ, ਉਹ ਸਾਰੀਆਂ ਇਲੈਕਟ੍ਰੋਨਿਕਲੀ ਸਾਰੇ ਪਾਸੇ ਇਨਵੋਲਵ ਹੈਗੀਆਂ ਆ। ਸੋ ਉਹਦੇ ਲਈ ਮੈਨੂੰ ਲੱਗਦਾ ਜਿਹੜੀ ਸਾਈਬਰ ਹੈ ਉਹਨੂੰ ਆਪਾਂ ਇੰਨੀ ਇੰਪੋਰਟੈਂਸ ਨਹੀਂ ਦੇ ਰਹੇ, ਸਪੈਸ਼ਲੀ ਰਾਈਟ ਨਾਓ, ਜਿੰਨਾ ਉਹਦਾ ਰਿਸਕ ਹੈਗਾ ਆ। ਸੋ ਅਸੀਂ ਤਾਂ ਹੀ ਇਹ ਟੋਪਿਕ ਵਾਰ ਵਾਰ ਲਿਆ ਰਹੇ ਹਾਂ, ਬਿਕੋਜ਼ ਦੈਨ ਅਵੇਅਰ ਹੋਣ ਸਾਰੇ ਸਾਡੇ ਸਰੋਤੇ ਕਿ ਬਾਹਰ ਜਿਹੜਾ ਰਿਸਕ ਹੈਗਾ ਆ ਉਹ ਬਹੁਤ ਜ਼ਿਆਦਾ ਆ ਜਿਹੜਾ ਆਪਾਂ ਸੋਚ ਰਹੇ ਹੈਗੇ ਹਾਂ। ਹੁਣ ਜਿੱਦਾਂ ਆਪਣੇ ਗੱਲ ਕੀਤੀ ਆ ਲੰਡਨ ਡਰੱਗ ਦੀ, ਇਟਸ ਅ ਬਿਗ ਫਰੈਂਚਾਈਜ਼, ਸੋ ਬਿਗ ਕੰਪਨੀ, ਜੇ ਉਹਨਾਂ ਦੇ ਹੋ ਸਕਦਾ ਆ, ਆਪਣਾ ਜਿਹੜੇ ਸਮਾਲ ਹੈਗੇ ਉਹ ਐਕਚੁਲੀ ਮੋਰ ਰਿਸਕ 'ਤੇ ਆ, ਕਿਉਂਕਿ ਵੱਡੀਆਂ ਕੰਪਨੀਆਂ ਕੋਲ ਜ਼ਿਆਦਾ ਰਿਸੋਰਸਿਸ ਹੁੰਦੇ ਆ ਪ੍ਰੋਟੈਕਟ ਦੈਮ, ਰਾਈਟ? ਜਿਹੜੇ ਮੀਡੀਅਮ ਸਾਈਜ਼ ਬਿਜ਼ਨਸ ਹੈਗੇ ਆ, ਸਮਾਲ ਸਾਈਜ਼ ਬਿਜ਼ਨਸ ਹੈਗੇ ਆ, ਉਹਨਾਂ ਕੋਲ ਇੰਨਾ ਹਾਈ ਟੈਕ IT ਸਿਸਟਮ ਨਹੀਂ ਹੈਗਾ ਕਿ ਉਹ ਇੱਦਾਂ ਦੇ ਥਰੈਟ ਜਿਹੜੇ ਹੈਗੇ ਆ ਉਹਨਾਂ ਨੂੰ ਬਲੋਕ ਕਰ ਸਕਣ। ਸੋ ਮੋਸਟਲੀ ਜਿਹੜੇ ਆ ਇਹ ਦਿਸ ਇਜ਼ ਦਾ ਬਿਗ ਵਨ ਲੰਡਨ ਡਰੱਗ, ਜਿਹੜਾ ਵੱਡੇ ਲੈਵਲ 'ਤੇ ਅਟੈਕ ਹੋਇਆ ਆ, ਪਰ ਜਿਹੜੇ ਮੀਡੀਅਮ ਸਾਈਜ਼ ਦੇ ਬਿਜ਼ਨਸ ਹੈਗੇ ਆ ਉਹਨਾਂ 'ਤੇ ਜ਼ਿਆਦਾ ਅਟੈਕ ਹੋ ਰਿਹਾ ਹੋਣ ਦੇ ਚਾਂਸਿਸ ਵੀ ਆ। ਸਮਾਲ ਸਮਾਲ ਕੰਪਨੀਆਂ, ਫੋਰ ਐਗਜ਼ਾਮਪਲ ਡਾਕਟਰਸ, ਵਨ ਆਫ ਦਾ ਟਾਰਗੇਟਡ, ਬਿਕੋਜ਼ ਉਹਨਾਂ ਕੋਲ ਵੈਰੀ ਸੈਂਸਿਟਿਵ ਇਨਫੋਰਮੇਸ਼ਨ ਹੈ, ਬਟ IT ਦਾ ਉਹਨਾਂ ਕੋਲ ਜਿਹੜੀ ਹੈਗੀ ਆ ਸਿਸਟਮ ਹੈ ਉਹ ਬਹੁਤ ਬੇਸਿਕ ਹੁੰਦਾ ਆ। ਸੋ ਜਿਹੜਾ ਕਿਹੜੇ ਟਾਈਪ ਦਾ
ਅਟੈਕ ਜ਼ਿਆਦਾ ਹੁੰਦੇ ਆ, ਉਹ ਵੀ ਆਪਾਂ ਨੂੰ ਕੰਸਿਡਰ ਕਰਨਾ ਚਾਹੀਦਾ। ਮੋਸਟਲੀ ਜਿਹੜੇ ਹੁਣ ਰੀਸੈਂਟਲੀ ਸਾਡੇ ਕੋਲ ਆਏ ਹੈਗੇ ਆ ਕਲੇਮਸ ਜਿਹੜੇ ਸੁਣਨ ਦੇ ਵਿੱਚ ਜਾਂ ਸਾਡੇ ਕੋਲ ਆਏ ਹੈਗੇ ਆ, ਉਹ ਜ਼ਿਆਦਾ ਰੈਨਸਮਵੇਅਰ ਦੇ ਆ। ਸੋ ਰੈਨਸਮਵੇਅਰ ਕੀ ਆ? ਰੈਨਸਮਵੇਅਰ ਉਹ ਤੁਹਾਡਾ ਸਿਸਟਮ ਬਲੋਕ ਕਰ ਦਿੰਦੇ ਆ, ਸਾਰੀ ਇਨਫੋਰਮੇਸ਼ਨ ਉਹ ਆਪਣੇ ਆਪ ਕੋਲ ਲੈ ਲੈਂਦੇ ਆ। ਸੋ ਤੁਹਾਡਾ ਰਿਸਟ੍ਰਿਕਸ਼ਨ ਬਲੋਕ ਕਰ ਦਿੰਦੇ ਆ, ਤੁਸੀਂ ਆਪਣੇ ਕੰਪਿਊਟਰ ਨੂੰ ਐਕਸੈਸ ਨਹੀਂ ਕਰ ਸਕਦੇ। ਉਹ ਸਾਰਾ ਕੁਛ ਉਹਨਾਂ ਦੇ ਕੋਲ ਲੈ ਲਿਆ, ਉਹਨਾਂ ਨੇ ਸਾਰਾ ਕੁਛ ਆਪਣੇ ਕੰਟਰੋਲ 'ਚ ਕਰ ਲਿਆ। ਸਿਸਟਮ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਰੈਨਸਮ ਦੇਖ ਕੇ, ਪੇ ਅਸ ਦਿਸ ਮੱਚ ਅਮਾਊਂਟ ਟੂ ਰਿਕਵਰ ਯੂਅਰ ਡਾਟਾ। ਸੋ ਮੋਸਟ ਆਫ ਦਾ ਟਾਈਮ ਮੋਸਟ ਇਨ ਕੰਪਨੀਜ਼ ਐਂਡ ਅਪ ਪੇਇੰਗ ਟੂ ਬਿਕੋਜ਼ ਦੇ ਕੈਨ ਨੋਟ ਅਫੋਰਡ ਲੈਸੇ ਡਾਕਟਰ ਹੈਗੇ ਆ ਜਾਂ ਲੋਇਰਸ ਹੈਗੇ ਆ, ਦੇ ਕੈਨ ਨੋਟ ਅਫੋਰਡ ਅਦਰ ਕਸਟਮਰਸ ਡਾਟਾ ਬ੍ਰੀਚਡ। ਸੋ ਸਮਟਾਈਮ ਦੇ ਡੋਂਟ ਈਵਨ ਡਿਸਕਲੋਜ਼ ਬਿਕੋਜ਼ ਇਟਸ ਵੈਰੀ ਬਰੋਡ ਟੋਪਿਕ ਐਂਡ ਵੈਰੀ ਸੈਂਸਿਟਿਵ ਟੋਪਿਕ। ਸੋ ਇਸ ਕਰਕੇ ਉਹ ਚੁੱਪ ਚੁਪੀਤੇ ਪੇ ਵੀ ਕਰ ਦਿੰਦੇ ਆ, ਬਿਕੋਜ਼ ਦੈਟਸ ਵਟ ਦੇ ਕੈਨ ਡੂ। ਸੋ ਮੇ ਬੀ 15,000, 20,000, 50,000 ਲੱਖ, ਵਟ ਐਵਰ ਡਿਪੈਂਡਿੰਗ ਕਿੰਨਾ ਅੰਦਰ ਡਾਟਾ ਹੈਗਾ ਆ। ਸੋ ਉਹਨਾਂ ਕੋਲ ਉਸ ਵੇਲੇ ਆਪਸ਼ਨ ਨਹੀਂ ਹੈਗੀ, ਪਰ ਇਹਨਾਂ ਜੇ ਤੁਸੀਂ ਸਾਈਬਰ ਇੰਸ਼ੋਰੈਂਸ ਲੈਂਦੇ ਆ, ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਹੈ ਉਹਨੂੰ ਆਪਾਂ ਸੋਲਵ ਕਰ ਸਕਦੇ ਹਾਂ। ਹੈਲਪਫੁੱਲ ਕਿੱਦਾਂ ਹੁੰਦਾ ਜੀ ਸਾਈਬਰ ਇੰਸ਼ੋਰੈਂਸ ਜੇ ਕਿਸੇ ਨੇ ਲਿਆ ਅਤੇ ਸਾਈਬਰ ਅਟੈਕ ਹੋ ਗਿਆ? ਹਾਂਜੀ, ਸੋ ਦੈਟਸ ਅ ਵੈਰੀ ਗੁੱਡ ਕੁਐਸਚਨ। ਨੈਕਸਟ ਵਨ ਜਾਂ ਹੁਣ ਏ ਸੀ ਆਹੀ ਕਲੇਮ ਹੋਇਆ ਆਪਣਾ, ਰਾਈਟ? ਹੁਣ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਕੀ ਕਰਨਾ? ਹੁਣ ਉਹਨਾਂ ਨੇ ਉਸ ਪਾਸੇ ਤੋਂ, ਜੇ ਤਾਂ ਵੈਸੇ ਤੁਸੀਂ 17,000 ਪੇ ਕੀਤਾ ਕਰ ਦਿੱਤਾ ਇੰਸ਼ੋਰੈਂਸ ਕੰਪਨੀ, ਉਹ ਜਿਹੜਾ ਤੁਸੀਂ ਹੈਗਾ ਦੈਨ ਇੰਸ਼ੋਰੈਂਸ ਕੰਪਨੀ ਤੁਹਾਨੂੰ 17,000 ਰੀਮਬਰਸ ਕਰੂਗੀ, ਠੀਕ ਹੈ? ਜੇ ਨਹੀਂ ਤਾਂ ਉਹਨਾਂ ਦੀ ਆਪਣੀ ਫੋਰੈਂਸਿਕ ਟੀਮ ਹੁੰਦੀ ਆ ਜਿਹੜਾ ਉਹ ਇਨਵੈਸਟੀਗੇਟ ਕਰਦੇ ਤੁਹਾਡੇ ਲਈ, ਉਹ ਕਰਦੇ ਆ ਵੀ ਕਿੱਥੇ ਹੈਗਾ, ਕੌਣ ਹੈਗਾ ਆ, ਕੀ ਉਹਨਾਂ ਦਾ ਹੈਗਾ, ਹਾਊ ਦੇ ਕੈਨ ਰਿਕਵਰ ਐਂਡ ਲੈਸੇ ਜੇ ਤੁਸੀਂ ਨਹੀਂ ਵੀ ਲੈਸੇ ਨਹੀਂ ਦਿੱਤਾ। ਸੋ ਉਸ ਇੱਦਾਂ ਕਰ ਦਿੰਦੇ, ਉਹ ਕੰਪਿਊਟਰ ਦਾ ਸਾਰਾ ਬੈਕਅਪ ਜਿਹੜਾ ਡਾਟਾ ਹੈਗਾ ਆ ਉਹਨੂੰ ਦੁਬਾਰਾ ਲੈਣ ਲਈ ਜਿੰਨੇ ਤੁਹਾਡੇ ਐਕਸਪੈਂਸ ਲੱਗੇ ਹੈਗੇ ਆ, ਜਿੰਨਾ ਤੁਹਾਡਾ ਖਰਚਾ ਹੋਇਆ ਹੈਗਾ, ਉਹ ਤੁਹਾਨੂੰ ਪੇ ਕਰਦੇ ਆ। ਸੋ ਇਸ ਲਈ ਉਹ ਇਹ ਤੁਹਾਡੇ ਜਿਹੜੇ ਐਕਸਟਰਾ ਐਕਸਪੈਂਸਿਸ ਲੱਗੇ ਆ ਜਾਂ ਤੁਹਾਡੀ ਬਿਜ਼ਨਸ ਇੰਟਰਪਸ਼ਨ ਹੋਈ, ਉਹ ਸਾਰਾ ਕੁਛ ਉਹ ਉਹਦੇ ਵਿੱਚ ਕਵਰ ਹੁੰਦਾ ਹੈ। ਅਤੇ ਜੇਕਰ ਕੋਈ ਥਰਡ ਪਾਰਟੀ ਦੀ ਸਹਾਇਤਾ ਲੈਂਦਾ ਸਾਈਬਰ ਅਟੈਕ 'ਤੇ, ਤਾਂ ਉਹਦੇ ਵੀ ਕੋਈ ਨਾ ਕੋਈ ਬੈਨੀਫਿਸ਼ਰੀ ਹੁੰਦਾ ਇੰਸ਼ੋਰੈਂਸ ਉਹਦੇ ਲਈ? ਡੈਫੀਨੇਟਲੀ, ਜਿੱਥੇ ਵੀ ਜਿਹੜੀ ਜਿਹੜੀ ਸਰਵਿਸ ਤੁਹਾਨੂੰ ਲੈਣੀ ਪਈ ਹੈਗੀ ਆ ਸਾਈਬਰ ਨੂੰ, ਸਾਈਬਰ ਅਟੈਕ ਨੂੰ ਦੀ ਮੋਡੀਫਿਕੇਸ਼ਨ ਲਈ ਜਾਂ ਕੋਈ ਉਹਦੇ 'ਤੇ ਚੇਂਜ ਕਰਨ ਲਈ, ਉਹ ਸਾਰੇ ਦੀ ਕਵਰ, ਸਾਰੀਆਂ ਚੀਜ਼ਾਂ ਉਹਦੇ ਵਿੱਚ ਕਵਰ ਹੋਣਗੀਆਂ। ਅਤੇ ਜੇਕਰ ਕੋਈ ਆਫਿਸ ਦਾ ਵਰਕਰ ਆ, ਪਰਸਨਲ ਯੂਜ ਵਰਕ ਫਰੋਮ ਹੋਮ ਕਰਦਾ, ਤਾਂ ਉਹਦੇ ਲਈ ਵੀ ਇਹ ਬੈਨੀਫਿਟ ਹੁੰਦਾ? ਡੈਫੀਨੇਟਲੀ, ਯਾ। ਸੋ ਇਹਦੇ 'ਚ ਇੱਕ ਹੋਰ ਆਪਸ਼ਨ ਹੈਗਾ, ਜੇ ਇੰਪਲੋਈ ਹੀ ਕੁਛ ਬ੍ਰੀਚ ਕਰ ਲੈਂਦਾ, ਲੈਸੇ ਅਨਦਰ ਟਾਈਪ ਆਫ ਇਹ ਹੈਗਾ ਆ। ਸੋ ਉਹ ਕੀ ਕਰਦੇ ਆ, ਉਹ ਕੋਈ ਅਟੈਚਮੈਂਟ ਭੇਜਦੇ ਲੈਸੇ ਈਮੇਲ ਦੇ ਵਿੱਚ ਜਾਂ ਕੋਈ ਕਿਸੇ ਵੀ ਵੇ ਦੇ ਨਾਲ। ਸੋ ਉਹ ਆਪਾਂ ਈਮੇਲ ਖੋਲ੍ਹ ਲਈ, ਰਾਈਟ? ਈਮੇਲ ਖੋਲ੍ਹ ਕੇ ਇੰਪਲੋਈ ਨੇ ਐਕਸੀਡੈਂਟਲੀ ਔਰ ਈਮੇਲ ਖੋਲ੍ਹ ਲਈ, ਕਲਿੱਕ ਕਰ ਲਿਆ। ਸੋ ਹੁਣ ਉਹ ਸਾਰਾ ਤੁਹਾਡਾ ਜਿਹੜਾ ਐਕਸੈਸ ਆ ਉਹ ਲੈ ਸਕਦੇ ਆ, ਉਹ ਉਹਨਾਂ ਦੇ ਕੋਲ ਚਲਾ ਗਿਆ, ਰਾਈਟ? ਸੋ ਇਹ ਵੀ ਇੱਕ ਅਨਦਰ ਹੈਗੀ ਆ, ਜਦੋਂ ਆਪਾਂ ਇੰਪਲੋਈਜ਼ ਹਾਇਰ ਕਰਦੇ ਹਾਂ ਜਾਂ ਇੰਪਲੋਈਜ਼ ਨੂੰ ਟ੍ਰੇਨਿੰਗ ਦਿੰਦੇ ਹਾਂ, ਉਹਨਾਂ ਨੂੰ ਆਪਾਂ ਨੂੰ ਦੱਸਣਾ ਚਾਹੀਦਾ ਵੀ ਇੰਪਲੋਈਜ਼ ਨੂੰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੇਫਲੀ ਉਹ ਤੁਸੀਂ ਓਪਨ ਕਰ ਸਕਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਆ ਜਿਹੜੀ ਲਈ ਤੁਸੀਂ ਉਹਨਾਂ ਮੈਨੇਜਮੈਂਟ ਜਾਂ ਹੋਰ ਕਿਸੇ ਬੰਦੇ ਨਾਲ ਕੰਸਲਟ ਕਰਕੇ ਹੀ ਤੁਸੀਂ ਉਹ ਅਟੈਚਮੈਂਟਸ ਖੋਲ੍ਹਣੀਆਂ ਹੈਗੀਆਂ। ਮੋਸਟ ਆਫ ਦਾ ਟਾਈਮ ਇਹ ਮੈਟਰ ਇਹ ਹੁੰਦਾ, ਉਹ ਕੋਈ ਈਮੇਲ ਭੇਜਦੇ ਆ ਜਿੱਥੇ ਇੰਪਲੋਈ ਕਲਿੱਕ ਕਰ ਦਿੰਦਾ, ਦੈਨ ਦੇ ਬਲੋਕ ਦੇ ਸਿਸਟਮ ਐਂਡ ਦੈਨ ਉਹ ਉਹਨਾਂ ਕੋਲ ਸਾਰਾ ਐਕਸੈਸ ਆ ਜਾਂਦਾ। ਭਾਈ ਹਰਦੀਪ ਸਿੰਘ ਨਿੱਜਰ
ਮੈਨੇਜਰ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫੜੇ ਗਏ ਤਿੰਨ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਸੋਸ਼ਲ ਮੀਡੀਆ 'ਤੇ ਪਈ ਇੱਕ ਪੁਰਾਣੀ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਉਸਨੇ ਇੱਕ ਭਾਰਤੀ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਕੈਨੇਡੀਅਨ ਵਰਕ ਪਰਮਿਟ ਪ੍ਰਾਪਤ ਕੀਤਾ ਸੀ। ਸਭ ਤੋਂ ਪਹਿਲਾਂ ਇਹ ਖਬਰ ਗਲੋਬਲ ਨਿਊਜ਼ 'ਤੇ ਛਾਪੀ ਸੀ। ਬਠਿੰਡਾ ਦੀ ਐਥਿਕਸ ਵਰਕਸ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀ ਹੈ ਉਹਨਾਂ ਦੇ ਵੱਲੋਂ ਦਸੰਬਰ 2019 ਵਿੱਚ ਫੇਸਬੁੱਕ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਕਰਨ ਬਰਾੜ ਕਹਿੰਦੇ ਨੇ ਕਿ ਉਸਦਾ ਸਟੱਡੀ ਵੀਜ਼ਾ ਆ ਗਿਆ। ਇੱਕ ਫੋਟੋ ਦੇ ਵਿੱਚ ਉਹ ਇੱਕ ਪਾਸਪੋਰਟ ਚੱਕੇ ਨਜ਼ਰ ਵੀ ਆ ਰਹੇ ਨੇ ਜਿਸ ਦੇ ਅੰਦਰ ਕੈਨੇਡੀਅਨ ਸਟੱਡੀ ਵੀਜ਼ਾ ਲੱਗਾ ਹੋਇਆ ਹੈ। ਐਥਿਕ ਵਰਕਸ ਦੇ ਵੱਲੋਂ ਪਾਈ ਕੈਪਸ਼ਨ ਦੇ ਵਿੱਚ ਕਰਨ ਬਰਾੜ ਨੂੰ ਜਿਹੜੀ ਹੈ ਉਹ ਵਧਾਈ ਦਿੱਤੀ ਗਈ ਹੈ ਅਤੇ ਲਿਖਿਆ ਹੈ ਕਿ ਕੋਟਕਪੂਰੇ ਤੋਂ ਇੱਕ ਹੋਰ ਖੁਸ਼ ਅਤੇ ਸੰਤੁਸ਼ਟ ਕਲਾਇੰਟ। ਇੱਕ ਵੱਖਰਾ ਫੇਸਬੁੱਕ ਖਾਤਾ ਜੋ ਕਿ ਕੋਟਕਪੂਰਾ ਦੇ ਕਰਨ ਬਰਾੜ ਦਾ ਹੈ ਅਤੇ ਜਿਸ ਵਿਚਲੀਆਂ ਤਸਵੀਰਾਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਨਾਲ ਮੇਲ ਖਾਂਦੀਆਂ ਨੇ, ਇਹ ਦਰਸਾਉਂਦਾ ਹੈ ਕਿ ਕਰਨ ਬਰਾੜ ਨੇ ਅਪ੍ਰੈਲ 2020 ਦੇ ਵਿੱਚ ਕੈਲਗਰੀ ਦੇ ਬੋ ਵੈਲੀ ਕਾਲਜ ਦੇ ਵਿੱਚ ਦਾਖਲਾ ਲਿਆ ਸੀ ਅਤੇ ਬਾਅਦ ਦੇ ਵਿੱਚ ਇੱਕ ਮਹੀਨੇ ਮਗਰੋਂ ਉਹ ਐਡਮਿੰਟਨ ਆ ਗਿਆ। ਨਾ ਤਾਂ ਬੋ ਵੈਲੀ ਕਾਲਜ ਅਤੇ ਨਾ ਹੀ ਐਥਿਕ ਵਰਕਸ ਇਮੀਗ੍ਰੇਸ਼ਨ ਸਰਵਿਸਿਜ਼ ਨੇ ਟਿੱਪਣੀ ਇਸ ਦੇ ਉੱਤੇ ਕੋਈ ਕੀਤੀ ਹੈ। ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਪਿਛਲੇ ਸ਼ੁੱਕਰਵਾਰ ਐਡਮਿੰਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਲਈ ਚਾਰਜ ਕੀਤਾ ਗਿਆ। ਇਹਨਾਂ ਮੁਲਜ਼ਮਾਂ ਦੀ ਸਰੀ ਦੀ ਅਦਾਲਤ ਵਿੱਚ ਅਗਲੀ ਪੇਸ਼ੀ 21 ਮਈ ਦੀ ਹੈ। ਪਿਛਲੇ ਸਾਲ ਜੂਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਗਿਆ ਸੀ। ਨਿੱਜਰ ਦੇ ਕਤਲ ਨੇ ਭਾਰਤ ਵਿੱਚ ਕੈਨੇਡਾ ਦਰਮਿਆਨ ਸੰਬੰਧਾਂ ਵਿੱਚ ਤਲਖੀ ਲਿਆ ਦਿੱਤੀ ਸੀ ਜਦੋਂ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਗਾਇਆ ਸੀ ਕਿ ਨਿੱਜਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੈ। ਭਾਰਤ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ। ਜਦੋਂ ਇਮੀਗ੍ਰੇਸ਼ਨ ਵਿਭਾਗ ਦੇ ਕੋਲੋਂ ਸ਼ੱਕੀਆਂ ਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਟਿੱਪਣੀ ਮੰਗੀ ਗਈ ਤਾਂ ਵਿਭਾਗ ਨੇ ਜਵਾਬ ਵਿੱਚ ਕਿਹਾ ਕਿ ਉਹ ਚੱਲ ਰਹੀਆਂ ਤਫਤੀਸ਼ਾਂ ਜਾਂ ਵਿਅਕਤੀਗਤ ਮਾਮਲਿਆਂ 'ਤੇ ਟਿੱਪਣੀ ਨਹੀਂ ਕਰ ਸਕਦੇ। ਟੋਰਾਂਟੋ ਪੁਲਿਸ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ ਕਿਉਂਕਿ ਉਹ ਇੱਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਰੈਪਰ ਡਰੇਕ ਦੇ ਘਰ ਦੇ ਬਾਹਰ ਇੱਕ ਸੁਰੱਖਿਆ ਗਾਰਡ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਸੀ। ਇਹ ਗੋਲੀਬਾਰੀ ਮੰਗਲਵਾਰ ਦੁਪਹਿਰ 2 ਵਜੇ ਤੋਂ ਬਾਅਦ ਐਫਲੂਐਂਟ ਬ੍ਰਾਈਡਲ ਪਾਥ ਇਲਾਕੇ ਦੇ ਵਿੱਚ ਜਿਹੜੀ ਹੈ ਹੋਈ ਹੈ ਅਤੇ ਪੁਲਿਸ ਇੱਕ ਵਾਹਨ ਵਿੱਚ ਭੱਜਣ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਸੁਰੱਖਿਆ ਗਾਰਡ ਜੋ ਹਸਪਤਾਲ ਦੇ ਵਿੱਚ ਹੈ ਡਰੇਕ ਦੀ ਰਿਹਾਇਸ਼ ਦੇ ਸਾਹਮਣੇ ਗੇਟ ਦੇ ਬਾਹਰ ਖੜ੍ਹਾ ਸੀ ਜਦੋਂ ਉਸਨੂੰ ਗੱਡੀ ਤੋਂ ਗੋਲੀ ਮਾਰ ਦਿੱਤੀ ਗਈ। ਜਾਂਚਕਰਤਾ ਕਿਸੇ ਵੀ ਵਿਅਕਤੀ ਨੂੰ ਪੁੱਛ ਰਹੇ ਨੇ ਜਿਨ੍ਹਾਂ ਦੇ ਕੋਲ ਖਾਸ ਕਰਕੇ ਸ਼ੱਕੀ ਵਿਅਕਤੀਆਂ ਦੀ ਵੀਡੀਓ ਜਾਂ ਕੋਈ ਫੋਟੋ ਹੋ ਸਕਦੀ ਹੈ। ਜਾਂਚਕਰਤਾਵਾਂ ਮੁਤਾਬਕ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸ਼ੂਟਿੰਗ ਦੇ ਸਮੇਂ ਡਰੇਕ ਕਰ ਸੀ, ਪਰ ਉਹਨਾਂ ਨੇ ਰੈਪਰ ਦੀ ਟੀਮ ਜਾਂਚਕਰਤਾਵਾਂ ਦੇ ਨਾਲ ਸਹਿਯੋਗ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜੇ ਕਿਸੇ ਇਰਾਦੇ 'ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋ ਸਕਦੀ ਹੈ, ਪਰ ਇਹ ਵੀ ਕਿਹਾ ਕਿ ਉਹ ਡਰੇਕ ਅਤੇ ਰੈਪਰ ਕ੍ਰੈਂਡਿਕ ਲੈਮਰ ਵਿਚਕਾਰ ਸੁਰੱਖਿਆ ਨੂੰ ਫੜਨ ਵਾਲੇ ਝਗੜੇ ਤੋਂ ਵੀ ਪੂਰੀ ਤਰ੍ਹਾਂ ਜਾਣੂ ਨੇ। ਸ਼ੂਟਿੰਗ ਪਿਛਲੇ ਹਫ਼ਤੇ ਦੇ ਵਿੱਚ ਡਰੇਕ ਦੇ ਲਮੜ ਦੇ ਵਿਚਕਾਰ ਇੱਕ ਲੰਮੇ ਸਮੇਂ ਬੋਲਣ ਵਾਲੇ ਗੀਤਕਾਰ ਦੇ ਰੂਪ ਦੇ ਵਿੱਚ ਆਈ ਹੈ। ਦੋਵਾਂ ਕਲਾਕਾਰਾਂ ਨੇ ਲਗਾਤਾਰ ਟਰੈਕਾਂ 'ਤੇ ਇੱਕ ਦੂਜੇ ਨਾਲ ਨਿੱਜੀ ਅਪਮਾਨ ਦਾ ਜਿਹੜਾ ਉਹ ਕਾਰੋਬਾਰ ਵੀ ਕੀਤਾ। ਇੱਕ ਨਵੇਂ ਸਰਵੇਖਣ ਅਨੁਸਾਰ ਏਅਰ ਕੈਨੇਡਾ ਗਾਹਕਾਂ ਦੀ ਸੰਤੁਸ਼ਟੀ ਦੇ ਆਧਾਰ 'ਤੇ ਉੱਤੇ ਅਮਰੀਕਾ ਦੀਆਂ ਹੋਰ ਪ੍ਰਮੁੱਖ ਏਅਰਲਾਈਨਾਂ ਨਾਲੋਂ ਕਾਫ਼ੀ ਹੇਠਾਂ ਹੈ। ਹਵਾਈ ਕਿਰਾਏ ਇੱਕ ਖਾਸ ਪੁਆਇੰਟ ਦੇ ਵੀ ਇੱਕ ਇਸ ਦੀ ਉਦਾਹਰਣ ਦਿੱਤੀ ਜਾ ਰਹੀ ਹੈ। ਕੰਜ਼ਿਊਮਰ ਐਨਾਲਿਸਟ ਫਰਮ ਦੁਆਰਾ ਕੀਤੇ ਗਏ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਦੇਸ਼ ਦਾ ਸਭ ਤੋਂ ਵੱਡਾ ਕੈਰੀਅਰ ਬਿਜ਼ਨਸ ਕਲਾਸ ਅਤੇ ਪ੍ਰੀਮੀਅਮ ਅਰਥ ਵਿਵਸਥਾ ਦੋਵਾਂ ਦੇ ਵਿੱਚ ਆਖਰੀ ਸਥਾਨ 'ਤੇ ਹੈ। ਇਕੋਨਮੀ ਕਲਾਸ ਦੇ ਵਿੱਚ ਏਅਰ ਕੈਨੇਡਾ ਨੇ ਬਜਟ ਕੈਰੀਅਰਾਂ ਸਪਿਰਿਟ ਏਅਰਲਾਈਨਸ ਅਤੇ ਫਰੰਟੀਅਰ ਏਅਰਲਾਈਨਸ ਨੂੰ ਪਛਾੜਦੇ ਹੋਏ 11 ਸਾਥੀਆਂ ਦੇ ਵਜੋਂ 9ਵੇਂ ਸਥਾਨ 'ਤੇ ਆਪਣਾ ਦਰਜਾ ਕਾਇਮ ਕੀਤਾ ਹੈ। ਵੈਸਟਜੈੱਟ ਥੋੜ੍ਹਾ ਅੱਧ ਦੇ ਵਿੱਚ ਆਉਂਦਾ ਹੈ। ਪ੍ਰੀਮੀਅਮ ਅਰਥ ਵਿਵਸਥਾ ਦੇ ਲਈ 7 ਵਿੱਚੋਂ 5ਵੇਂ ਅਤੇ ਆਰਥਿਕਤਾ ਲਈ 11 ਵਿੱਚੋਂ 7ਵੇਂ ਸਥਾਨ 'ਤੇ ਆ ਰਿਹਾ ਹੈ।
ਏਅਰ ਕੈਨੇਡਾ ਦੇ ਨਾਲ ਲੋਕ ਭੁਗਤਾਨ ਕੀਤੇ ਗਏ ਮੁੱਲ ਤੋਂ ਖੁਸ਼ ਨਹੀਂ ਸਨ। ਇਹ ਡਿਜੀਟਲ ਟੂਲਸ ਏਅਰਲਾਈਨ ਸਟਾਫ ਤੇ ਆਨਬੋਰਡ ਅਨੁਭਵ ਸਮੇਤ ਹੋਰ ਕਾਰਨਾਂ ਦੇ ਨਾਲ ਨਾਲ ਯਾਤਰੀਆਂ ਦੁਆਰਾ ਰੇਟ ਕੀਤੇ 6 ਕਾਰਨਾਂ ਵਿੱਚੋਂ ਇੱਕ ਹੈ। ਉਹਨਾਂ ਕਿਹਾ ਕਿ ਉਹ ਅਸਲ ਦੇ ਵਿੱਚ ਉਹਨਾਂ ਦੀਆਂ ਟਿਕਟਾਂ ਦੀ ਕੀਮਤ ਲਈ ਵਧੇਰੇ ਉਮੀਦ ਕਰਦੇ ਨੇ। ਡੈਲਟਾ ਏਅਰਲਾਈਨਸ ਤੇ ਸਾਊਥ ਵੈਸਟ ਏਅਰਲਾਈਨਸ ਨੇ ਸਭ ਤੋਂ ਵੱਧ ਸਕੋਰ ਪ੍ਰਾਪਤ ਕੀਤੇ। ਨਤੀਜੇ ਵਜੋਂ ਟੇਲਰ ਨੇ ਸਟਾਫ ਦੀ ਸਿਖਲਾਈ ਤੇ ਭਰਤੀ ਦੇ ਵਿੱਚ ਆਪਣੇ ਨਿਵੇਸ਼ ਨੂੰ ਜ਼ਿੰਮੇਵਾਰ ਠਹਿਰਾਇਆ। ਡੈਲਟਾ ਵਿਖੇ ਫਲਾਈਟ ਅਟੈਂਡੈਂਟ ਦੇ ਕੋਲ ਅਸਲ ਦੇ ਵਿੱਚ ਸਮਾਰਟਫੋਨ ਹੁੰਦੇ ਨੇ, ਉਹ ਇਹਨਾਂ ਨੂੰ ਹੈਂਡ ਹੋਲਡ ਵੀ ਕਹਿੰਦੇ ਨੇ, ਪਰ ਉਸ ਦੇ ਵਿੱਚ ਅਸਲ ਵਿੱਚ ਸਮਾਰਟਫੋਨ ਹੋਏ ਹੁੰਦੇ ਨੇ ਜੋ ਤੁਹਾਨੂੰ ਹਰੇਕ ਵਿਅਕਤੀ ਦੀ ਸੀਟ ਦੇ ਵਿੱਚ ਕਸਟਮਰ ਦੇ ਹੋਰ ਵੇਰਵੇ ਵੀ ਜਿਹੜੇ ਏਅਰਲਾਈਨ ਦੇ ਨਾਲ ਉਹਨਾਂ ਦੇ ਇਤਿਹਾਸ ਨੂੰ ਦੇਖਣ ਦਿੰਦੇ ਨੇ। ਇਸ ਲਈ ਸਟਾਫ ਉਹਨਾਂ ਨੂੰ ਪੁੱਛ ਸਕਦਾ ਹੈ ਕਿ ਉਹਨਾਂ ਦੀ ਯਾਤਰਾ ਆਖਰੀ ਮੁਕਾਬਲੇ ਵਿੱਚ ਕਿਵੇਂ ਹੈ ਜਾਂ ਕੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਨੇ। ਤੁਸੀਂ ਇੱਕ ਜਹਾਜ਼ ਦੇ ਵਿੱਚ ਸਾਰੇ 185 ਯਾਤਰੀਆਂ ਲਈ ਤਾਂ ਚੰਗੇ ਨਹੀਂ ਹੋ ਸਕਦੇ, ਪਰ ਤੁਸੀਂ 5 ਜਾਂ 10 ਤੱਕ ਤਾਂ ਸੱਚਮੁੱਚ ਚੰਗੇ ਹੋ ਸਕਦੇ ਹੋ। ਇਸ ਦੌਰਾਨ ਦੱਖਣ ਪੱਛਮ ਦਾ ਉਦੇਸ਼ ਰਵੱਈਏ ਲਈ ਕਿਰਾਏ 'ਤੇ ਹੈ ਅਤੇ ਕੇਬਿਨ ਕਰੂ ਨੂੰ ਉਹਨਾਂ ਦੀਆਂ ਸ਼ਖਸੀਅਤਾਂ ਨੂੰ ਚਮਕਣ ਦੇਣ ਲਈ ਉਤਸ਼ਾਹਿਤ ਕਰਦਾ ਹੈ। ਬਰਡ ਫਲੂ ਦੇ ਮਾਮਲੇ ਅਮਰੀਕਾ ਦੇ ਵਿੱਚ ਸਾਹਮਣੇ ਆ ਰਹੇ ਨੇ, ਇਸ ਦਾ ਕੈਨੇਡਾ ਦੇ ਵਿੱਚ ਕੀ ਖਤਰਾ ਹੋ ਸਕਦਾ ਹੈ ਅਤੇ ਇਹ ਮਨੁੱਖਾਂ ਨੂੰ ਕਿਸ ਢੰਗ ਦੇ ਨਾਲ ਪ੍ਰਭਾਵਿਤ ਕਰ ਸਕਦਾ ਹੈ, ਇਸ ਸੰਬੰਧੀ ਚੈਨਲ ਪੰਜਾਬੀ ਦੇ ਵੱਲੋਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਰਾਂ ਨਾਲ ਖਾਸ ਗੱਲਬਾਤ ਕੀਤੀ ਗਈ। ਅਮਰੀਕਾ ਦੇ ਵਿੱਚ ਬਰਡ ਫਲੂ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ, ਕੈਨੇਡਾ 'ਚ ਤਾਂ ਨਹੀਂ ਚੱਲ ਰਹੀ, ਪਰ ਇਹ ਕਿਤੇ ਵੀ ਜਿਹੜਾ ਉਹ ਆ ਸਕਦਾ। ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਇਹ ਕਾਰਨ ਕੀ ਨੇ, ਕਿੰਨਾ ਕੁ ਇਹ ਫੈਲ ਸਕਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਰਡ ਫਲੂ ਕਹਿੰਦੇ ਜੀ ਜਾਨਵਰਾਂ 'ਚ ਵੀ ਆ ਗਿਆ, ਚਰਚਾਵਾਂ ਵੀ ਚੱਲਦੀਆਂ ਨੇ। ਦੇਖੋ, ਤੁਸੀਂ ਮੈਂਸ਼ਨ ਕੀਤਾ ਸੀ ਬਰਡ ਫਲੂ, ਉਹਨੂੰ ਆਪਾਂ ਏਵੀਅਨ ਫਲੂ ਵੀ ਕਹਿੰਦੇ ਹਾਂ, ਅਤੇ ਜਿਹੜਾ ਫਲੂ ਹੈਗਾ ਇਨਫਲੂਐਂਜ਼ਾ ਦਾ ਹੀ ਵਾਇਰਸ ਹੈ, ਲੇਕਿਨ ਉਹਦਾ ਸਬ ਟਾਈਪ ਹੈਗਾ H5N1। ਜਿੱਦਾਂ ਹੁਣ ਕੁਛ ਸਾਲ ਪਹਿਲਾਂ ਅਸੀਂ ਕੋਵਿਡ ਤੋਂ ਛੁਟਕਾਰਾ ਲਿੱਤਾ, ਉੱਦਾਂ ਹੀ ਇਹ ਇਨਫਲੂਐਂਜ਼ਾ ਦਾ ਵਾਇਰਸ ਹੈ। ਜਿੱਦਾਂ H1N1 ਸਾਨੂੰ ਇਨਫੈਕਸ਼ਨ ਬਹੁਤ ਕਰਦਾ, H3N2 ਵੀ ਕਰਦਾ, ਲੇਕਿਨ ਜਿਹੜਾ ਇਹ ਏਵੀਅਨ ਆ H5N1, ਇਹ ਦੋ ਪ੍ਰੋਟੀਨ ਹੁੰਦੇ ਆ, ਹੈਕਸੋਡਿਨਮਾਈਡ ਅਤੇ ਨੂਟਰਾਮਿਨਡੇਸ। ਸੋ ਉਹਦਾ H5N1 ਜੈਨੇਟਿਕ ਟਾਈਪਿੰਗ ਹੁੰਦਾ। ਸੋ ਪਹਿਲਾਂ ਤਾਂ ਇਹ ਪੰਛੀਆਂ ਦੇ ਵਿੱਚ ਹੀ ਹੁੰਦਾ ਸੀ, ਜਿੱਦਾਂ ਦੇਖੋ ਪੋਲਟਰੀ ਫਾਰਮ ਆ, ਬੜੀ ਕਮਰਸ਼ੀਅਲ ਮਤਲਬ ਇਹ ਇੰਡਸਟਰੀ ਚੱਲਦੀ ਆ, ਤਾਂ ਇੱਕ ਜਿਹੜਾ ਚਿਕਨ ਆ ਜਾਂ ਬਰਡ ਆ ਦੂਜਿਆਂ ਨੂੰ ਹੋ ਜਾਂਦਾ ਸੀ, ਜਿੱਦਾਂ ਆਦਮੀਆਂ ਨੂੰ ਫਲੂ ਹੁੰਦਾ। ਸੋ ਆਪਸ 'ਚ ਉਹ ਬਿਮਾਰ ਹੋ ਜਾਂਦੇ ਸੀ, ਕਈ ਉਹਦੇ ਉੱਤੋਂ ਚਲੇ ਜਾਂਦੇ ਸੀ, ਲੇਕਿਨ ਜਿੱਥੇ ਪੋਲਟਰੀ 'ਚ ਏਵੀਅਨ ਫਲੂ ਮਿਲਦਾ ਸੀ, ਫਿਰ ਉੱਥੇ ਛਾਪਾ ਮਾਰ ਕੇ ਗੌਰਮੈਂਟ ਜਿਹੜੀ ਹੈਗੀ ਆ ਉਹ ਸਾਰੇ ਚਿਕਨ ਨੂੰ ਮਤਲਬ ਗੈਸ ਪਾ ਕੇ ਅਤੇ ਉਹਨਾਂ ਦਾ ਪਤਨ ਕਰ ਦਿੰਦੇ ਸੀ ਤਾਂ ਕਿ ਉਹ ਫੈਲੇ ਨਾ ਜੀ। ਸੋ ਮੋਂਟਰੀਅਲ 'ਚ 2022 'ਚ ਬਹੁਤ ਵੱਡਾ ਇਹ ਹੋਇਆ ਅਤੇ ਉਹ ਕੰਟਰੋਲ ਕਰ ਲਿੱਤਾ ਗਿਆ ਤਾਂ ਕਿ ਫੈਲੇ ਨਾ। ਹੁਣ ਜਿਹੜਾ ਅਮੈਰੀਕਾ ਉਹਦੇ 'ਚ ਬਹੁਤ ਜਗ੍ਹਾ 'ਚ ਇਹ ਏਵੀਅਨ ਫਲੂ ਜਿਹੜਾ ਹੈਗਾ ਫੈਲਿਆ, ਲੇਕਿਨ ਹੁਣ ਉਹ ਜੰਪ ਹੋਇਆ ਗਾਵਾਂ 'ਚ। ਕਿੱਦਾਂ ਪਤਾ ਲੱਗਾ? ਕਿਉਂਕਿ ਜਿਹੜਾ ਦੁੱਧ ਹੋਇਆ ਨਾ ਉਹਦਾ ਚੈੱਕ ਕੀਤਾ, ਉਹਦੇ 'ਚ H5N1 ਦੇ ਪਾਰਟੀਕਲ ਮਿਲ ਰਹੇ ਜੀ, ਪੂਰਾ ਵਾਇਰਸ ਨਹੀਂ ਮਿਲ ਰਿਹਾ, ਉਹਦੇ ਦਸਤਾਵੇਜ਼ ਮਿਲ ਰਹੇ। ਸੋ ਜਿੱਦਾਂ ਹੁਣ ਦੇਖੋ ਕੋਵਿਡ-19 ਵੀ ਜਿਹੜਾ ਹੈਗਾ ਉਹ ਜੰਪ ਹੋਇਆ, ਆਪਾਂ ਸੋਚਦੇ ਸੀ ਚਮਗਿੱਦੜਾਂ ਤੋਂ ਇਨਸਾਨ ਦੇ ਵਿੱਚ ਜਾਂ ਸਲੋਟਰ ਹਾਊਸ ਤੋਂ ਐਨੀਮਲਸ ਤੋਂ ਇਨਸਾਨ ਦੇ ਵਿੱਚ। ਸੋ ਇਹਦੇ ਜਿਹੜੇ ਹਿਊਮਨ ਜਿਹੜੇ ਹੈਗੇ ਆ ਇਨਫੈਕਸ਼ਨ ਬਹੁਤ ਰੇਅਰ ਆ, ਕੁਛ ਸੁੱਕਾ ਪੁੱਕਾ ਹੀ ਅਮੈਰੀਕਾ 'ਚ ਮਿਲ ਰਿਹਾ। ਲੇਕਿਨ ਜਦੋਂ ਦੁੱਧ ਉਹ ਚੈੱਕ ਕਰਦੇ ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ H5N1 ਦੇ ਪਾਰਟੀਕਲ ਮਿਲਦੇ ਆ, ਫਿਰ ਅਮੈਰੀਕਾ ਦੀ ਜਿਹੜੀ ਹੈਲਥ ਏਜੰਸੀ ਆ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹਨਾਂ ਨੂੰ ਦਸਤਕ ਦਿੱਤਾ। ਉਹ ਕਹਿੰਦੇ ਵੀ ਜਿਹੜਾ ਪਾਸਚਰਾਈਜੇਸ਼ਨ ਕਰਦੇ ਆ, ਵੀ ਦੁੱਧ ਨੂੰ ਬਿਲਕੁਲ ਰੈਪਿਡਲੀ ਟੈਂਪਰੇਚਰ ਐਲੀਵੇਟ ਕਰਕੇ ਫਿਰ ਕੂਲ ਡਾਊਨ ਕਰਦੇ ਆ, ਉਹਦੇ ਨਾਲ ਇਹ ਵਾਇਰਸ, ਬਹੁਤ ਸਾਰੇ ਵਾਇਰਸ, ਬਹੁਤ ਸਾਰੇ ਬੈਕਟੀਰੀਆ, ਫੰਗਸ ਅਤੇ ਹੋਰ ਜੀਵ ਜੰਤੂ ਦਾ ਪਤਨ ਹੋ ਜਾਂਦਾ। ਸੋ ਇਹ ਸੇਫ ਹੈਗਾ ਕੰਜ਼ਮਪਸ਼ਨ ਵਾਸਤੇ। ਹੁਣ ਦੂਜੀ ਗੱਲ ਹੁੰਦੀ ਆ ਵੀ ਚਲੋ ਅਸੀਂ ਬਹੁਤ ਜ਼ਿਆਦਾ ਮਾਤਰਾ 'ਚ ਵੈਜੀਟੇਰੀਅਨ ਹੈਗੇ,
ਲੇਕਿਨ ਨੌਰਥ ਅਮਰੀਕਾ 'ਚ ਸਭ ਤੋਂ ਜ਼ਿਆਦਾ ਜਿਹੜਾ ਮਾਸ ਖਾਂਦੇ ਲੋਕ ਬੀਫ ਆ ਜੀ। ਸੋ ਹੁਣ ਅਗਰ ਗਾਂ ਨੂੰ ਹੋ ਸਕਦਾ ਤਾਂ ਬਲਦ ਨੂੰ ਵੀ ਹੋ ਸਕਦਾ, ਤਾਂ ਉਹ ਹੁਣ ਕਹਿੰਦੇ ਵੀ ਉਹਦੀ ਚੈਕਿੰਗ ਕਿੱਦਾਂ ਕਰੀਏ, ਬੜੀ ਔਖੀ ਆ। ਲੇਕਿਨ ਉਹ ਕਹਿੰਦੇ ਅਗਰ ਚੈਕਿੰਗ ਕਰਾਂਗੇ ਤਾਂ ਹੀ ਪਤਾ ਲੱਗੂਗਾ ਨਾ ਵੀ ਬੀਫ ਵਿੱਚ ਵੀ ਆ ਰਿਹਾ ਕਿ ਨਹੀਂ ਆ ਰਿਹਾ। ਲੇਕਿਨ ਬੀਫ ਵੀ ਰੋਹ ਤਾਂ ਕੋਈ ਖਾਂਦਾ ਨਹੀਂ, ਉਹਨੂੰ ਮਤਲਬ ਕੁੱਕ ਕਰਕੇ ਖਾਂਦੇ ਜਾਂ ਬਾਰਬੀਕਿਊ ਕਰਕੇ ਖਾਂਦੇ ਆ। ਸੋ ਇਸ ਵੇਲੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਸੇਫਟੀ ਦੇ ਉੱਤੇ ਦੋਵਾਂ ਦੇ ਉੱਤੇ ਪਹਿਰਾ ਦੇ ਰਿਹਾ ਵੀ ਦੁੱਧ ਜਿਹੜਾ ਹੈਗਾ ਉਹ ਵੀ ਠੀਕ ਆ ਅਤੇ ਤੁਸੀਂ ਜਿਹੜਾ ਮਾਸ ਖਾ ਰਹੇ ਹੋ ਉਹ ਵੀ ਠੀਕ ਆ। ਲੇਕਿਨ ਮੈਂ ਇੱਥੇ ਕਹਾਂਗਾ ਕਿਉਂਕਿ ਵਾਇਰਸ ਥੋੜ੍ਹਾ ਜਿਹਾ ਅਮੈਰੀਕਾ ਦੇ ਸਾਊਥ ਹਿੱਸੇ ਤੋਂ ਉੱਤੇ ਨੂੰ ਆ ਰਿਹਾ ਅਤੇ ਕੈਨੇਡੀਅਨ ਬਾਰਡਰ ਦੇ ਲਾਗੇ 'ਚ ਅੱਗੇ ਵੀ ਵਾਇਰਸ ਤੁਰਿਆ ਫਿਰਦਾ ਅਤੇ ਕੈਨੇਡਾ ਦੇ ਵਿੱਚ ਵੀ ਆਊਗਾ ਜੀ। ਪੰਛੀਆਂ ਦੇ ਵਿੱਚ ਹੀ ਰਹੂਗਾ ਕਿ ਗਾਵਾਂ ਦੇ ਵਿੱਚ ਜਾਊਗਾ ਕਹਿਣਾ ਔਖਾ। ਕਿ ਇੱਕ ਵੱਡੀ ਮਹਾਂਮਾਰੀ ਇਹ ਕ੍ਰੀਏਟ ਕਰੂਗਾ ਕੋਵਿਡ ਵਰਗੀ, ਇਹ ਵੀ ਥੋੜ੍ਹਾ ਡਰ ਹੈਗਾ ਕੋਈ ਸਾਇੰਟਿਸਟ ਨੂੰ। ਬਟ ਇਸ ਵੇਲੇ ਇਹ ਇੰਨਾ ਵੱਡਾ ਹਊਆ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਬੰਦੇ ਜਿਹੜੇ ਹੈਗੇ ਇਨਫੈਕਟਿਡ ਨਹੀਂ ਹੋਏ। ਲੇਕਿਨ ਪਿਛੋਕੜ ਦਾ ਜਿਹੜਾ ਇਤਿਹਾਸ 30 ਸਾਲ ਦਾ ਦੱਸਦਾ, ਕਿਉਂਕਿ 30 ਸਾਲ ਤੋਂ ਸਾਨੂੰ H5N1 ਬਾਰੇ ਬਹੁਤ ਜਾਣਕਾਰੀ ਹੈਗੀ ਆ। ਕਈ ਵਾਰ ਜਿਹੜੇ ਉਹ ਲੋਕ ਕੰਮ ਕਰਦੇ ਪੋਲਟਰੀ ਫਾਰਮ 'ਚ ਉਹਨਾਂ ਨੂੰ ਹੋ ਜਾਏ ਅਤੇ ਬਹੁਤ ਘਾਤਕ ਫਲੂ ਹੋ ਸਕਦਾ। ਅਰਾਊਂਡ 40-50% ਚਾਂਸਿਸ ਹੈਗੇ ਵੀ ਤੁਸੀਂ ਨਾ ਬਚੋ ਅਤੇ 50-60% ਚਾਂਸ ਹੈ ਵੀ ਬਚ ਜਾਓ, ਵੀ ਜਿੱਦਾਂ ਕੋਵਿਡ ਦਾ ਵੀ ਰਿਸਕ ਜ਼ਿਆਦਾ ਹੁੰਦਾ ਸੀ ਇੱਦਾਂ। ਲੇਕਿਨ ਸੋ ਫਾਰ ਇਸ ਵਾਰੀ ਇਹ ਜਿਹੜੀ ਟਰੈਂਡ ਚੱਲ ਰਿਹਾ ਇਹਦੇ ਵਿੱਚ ਹਿਊਮਨ ਇੱਕੋ ਜਿਹੜਾ ਰਿਪੋਰਟਡ ਕੇਸ ਹੈ ਉਹ ਵੀ ਸਟੇਬਲ ਆ। ਹੁਣ ਦੇਖੋ ਦੁੱਧ ਅਸੀਂ ਲੈਂਦੇ ਹਾਂ ਔਰ ਦੁੱਧ ਰੋਜ਼ ਸਾਡੇ ਘਰਾਂ 'ਚ ਹੁੰਦਾ, ਲੇਕਿਨ ਅਸੀਂ ਕੀ ਕਰਦੇ ਹਾਂ ਚਾਹ ਦੇ ਵਿੱਚ ਫਿਰ ਉਬਾਲ ਕੇ ਪੀਂਦੇ ਹਾਂ, ਸਾਡੀ ਆਦਤ ਹੈ ਦੁੱਧ ਨੂੰ ਉਬਾਲਣਾ ਹੈ ਨਾ ਜੀ। ਸੋ ਉਬਾਲਣ ਦੇ ਨਾਲ ਡਬਲ ਪ੍ਰੋਟੈਕਸ਼ਨ ਹੋ ਜਾਂਦੀ ਹੈ। ਅਗਰ ਵਾਇਰਲ ਫਰੈਗਮੈਂਟ ਹੈਗੇ ਵੀ ਆ ਜਿਹੜਾ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਔਰ ਹੈਲਥ ਕੈਨੇਡਾ ਕਹਿੰਦਾ ਵੀ ਸੇਫ ਆ, ਉਹ ਹੋਰ ਪਤਨ ਹੋ ਜਾਣਗੇ ਜਿਹੜਾ ਪੂਰੀ ਤਰ੍ਹਾਂ ਰਿਣ ਲਵਾਂਗੇ। ਸੋ ਮੇਰੇ ਖਿਆਲ ਨਾਲ ਆਪਾਂ ਨੂੰ ਜ਼ਿਆਦਾ ਵਰੀ ਕਰਨ ਦੀ ਇਸ ਵੇਲੇ ਲੋੜ ਨਹੀਂ ਆ। ਬਾਕੀ ਹਾਂ, ਜਦੋਂ ਅਗਰ ਆਪਾਂ ਚੈੱਕ ਹੀ ਨਹੀਂ ਕਰਾਂਗੇ ਤਾਂ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਹੋਰ ਪਸ਼ੂਆਂ 'ਚ ਹੈਗਾ। ਸੋ ਗਵਰਨਮੈਂਟ ਨੂੰ ਹੋਰ ਬੀਫ ਇੰਡਸਟਰੀ ਨੂੰ ਰੈਗੂਲੇਟ ਕਰਨਾ ਚਾਹੀਦਾ, ਉੱਥੇ ਚੈੱਕਅਪ ਕਰਨਾ ਚਾਹੀਦਾ। ਬਟ ਅਗੇਨ ਉਹਨਾਂ ਨੇ ਇਹੀ ਕਹਿਣਾ ਵੀ ਤੁਸੀਂ ਪਕਾ ਕੇ ਖਾਓਗੇ ਤਾਂ ਸੇਫ ਹੈਗਾ। ਸੋ ਇਸ ਵੇਲੇ ਇੰਨਾ ਡਰੋ ਨਾ, ਬਟ ਮੈਂ ਇਹ ਕਹੂੰਗਾ ਵੀ ਜ਼ਿਆਦਾ ਪੋਲਟਰੀ ਫਾਰਮ 'ਚ ਨਾ ਜਾਓ ਕਿਉਂਕਿ ਉੱਥੇ ਹੀ ਮੇਨ ਇਹਦਾ ਹੱਬ ਹੈਗਾ। ਇਹਦੇ ਸਿਮਟਮ ਕੀ ਹੁੰਦੇ ਡਾਕਟਰ ਸਾਹਿਬ, ਜੇ ਕਿਸੇ ਨੂੰ ਹੋ ਜਾਏ? ਸਾਡੇ ਲੋਕ ਅਮੈਰੀਕਾ ਤਾਂ ਜਾਂਦੇ ਹੀ ਬਹੁਤ ਨੇ। ਇਹਦੇ ਸਿਮਟਮ ਸੇਮ ਫਲੂ ਦੇ ਲੱਛਣ ਹੀ ਹੋਣੇ, ਨੱਕ ਵਗਣਾ, ਖੰਘ ਹੋਣੀ, ਸਾਹ ਲੈਣ 'ਚ ਔਖਿਆ ਹੀ ਹੋਣੀ, ਬੁਖਾਰ ਚੜ੍ਹਨਾ, ਜਿੱਦਾਂ ਰੈਗੂਲਰ ਫਲੂ ਹੁੰਦਾ। ਲੇਕਿਨ ਇਹ ਜਿਹੜੀ ਸਾਹ ਦੀ ਪ੍ਰਕਿਰਿਆ ਇਹ ਜ਼ਿਆਦਾ ਇਫੈਕਟ ਕਰਦਾ ਲੰਗਸ ਨੂੰ, ਇਸ ਲਈ ਬਰੀਦਿੰਗ ਜਿਹੜੀ ਹੈਗੀ ਇਹ ਜ਼ਿਆਦਾ ਟ੍ਰਬਲਸਮ ਹੁੰਦੀ ਆ। ਅੱਗੇ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ। ਇਹ ਖਬਰ ਵੈਸੇ ਅਲਬਰਟਾ ਦੀ ਇਕੋਨਮੀ ਲਈ ਵੀ ਚੰਗੀ ਗੱਲ ਆ, ਜਿਹੜੇ ਕੰਮ ਕਾਰ ਭਾਲਦੇ ਫਿਰਦੇ ਲੋਕ ਉਹਨਾਂ ਲਈ ਵੀ ਵਧੀਆ ਗੱਲ ਆ, ਔਰ ਇਨਵਾਇਰਮੈਂਟ ਲਈ ਵੀ ਚੰਗੀ ਗੱਲ ਲੱਗਦੀ ਆ ਜੀ। ਕਹਾਣੀ ਇਹ ਆ ਵੀ ਐਟਕੋ ਲਿਮਿਟਡ ਜਿਹੜੀ ਕੰਪਨੀ ਆ ਕੈਲਗਰੀ ਤੋਂ, ਉਹਨਾਂ ਦੀ ਸਬਸਿਡੀਅਰੀ ਆ ਜੀ ਕੈਨੇਡੀਅਨ ਯੂਟਿਲਿਟੀਜ਼ ਲਿਮਿਟਡ, ਉਹਨਾਂ ਵੱਲੋਂ $2 ਬਿਲੀਅਨ ਦਾ ਇੱਕ ਪ੍ਰੋਜੈਕਟ ਜਿਹੜਾ ਕੀਤਾ ਜਾ ਰਿਹਾ, ਉਹ ਨੈਚੁਰਲ ਗੈਸ ਪਾਈਪਲਾਈਨ ਬਣਾਉਣੀ ਆ ਜੀ ਉਹਨਾਂ ਨੇ, ਔਰ ਉਹ ਬਿਲਕੁਲ ਨੈੱਟ ਜ਼ੀਰੋ ਜਿਹੜੀ ਜੀ ਸਪਲਾਈ ਕਰੇਗੀ, ਯਾਨੀ ਕਿ ਕੋਈ ਕਾਰਬਨ ਫੁੱਟਪ੍ਰਿੰਟ ਨਹੀਂ ਛੱਡਣਾ। ਵਰਨਾ ਤੁਹਾਨੂੰ ਪਤਾ ਅੱਜ ਕੱਲ੍ਹ ਜੇ ਕੋਈ ਉੱਦਾਂ ਦੀ ਗੱਲਬਾਤ ਹੋਵੇ ਤਾਂ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ। ਔਰ ਇਹ ਐਟਕੋ ਵੱਲੋਂ ਜੀ ਜਿਹੜਾ ਪਹਿਲੀ ਵਾਰੀ ਐਡਾ ਵੱਡਾ ਜਿਹੜਾ ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਜਿਹੜਾ ਕੀਤਾ ਜਾ ਰਿਹਾ ਹੈ, ਔਰ ਇਹ ਡਾਓ ਕੈਮੀਕਲ ਦਾ ਇੱਕ ਜੀ $9 ਬਿਲੀਅਨ ਦਾ ਹੈ ਪ੍ਰੋਜੈਕਟ ਪਾਥ ਟੂ ਜ਼ੀਰੋ ਫੈਸਿਲਿਟੀ,
ਉਹਨਾਂ ਨੂੰ ਇਹਨਾਂ ਨੇ ਮੇਨਲੀ ਜੀ ਪ੍ਰੋਵਾਈਡ ਕਰਨੀ ਆ ਇਹ ਨੈਚੁਰਲ ਗੈਸ, ਔਰ ਉਹ ਫੋਰਟ ਸਸਕੈਚੁਆਨ ਦੇ ਵਿੱਚ ਆਲਰੇਡੀ ਜਿਹੜਾ ਜੀ ਉੱਥੇ ਬਣਾਇਆ ਗਿਆ ਹੈਗਾ। ਇਹ ਐਡਮਿੰਟਨ ਤੋਂ ਕੋਈ 25 ਕਿਲੋਮੀਟਰ ਨੌਰਥ ਈਸਟ ਵਾਲੇ ਪਾਸੇ ਆ, ਔਰ ਇਹ ਦੁਨੀਆ ਦੇ ਵਿੱਚ ਪਹਿਲਾ ਹੈ ਜੀ ਪਾਥ ਟੂ ਜ਼ੀਰੋ ਇਹਨੂੰ ਕਿਹਾ ਜਾਂਦਾ, ਵੀ ਜਿਹੜਾ ਨੈੱਟ ਜ਼ੀਰੋ ਅਮਿਸ਼ਨ ਪ੍ਰੋਡਿਊਸ ਕਰੇਗਾ। ਅੱਛਾ, ਹੁਣ ਇਹ ਜਿਹੜਾ ਡਾਓ ਵਾਲਿਆਂ ਦੇ ਪਲਾਂਟ ਨੂੰ ਪਿਛਲੇ ਨਵੰਬਰ ਦੇ ਵਿੱਚ ਓਕੇ ਕਰ ਦਿੱਤਾ ਗਿਆ ਸੀਗਾ, ਔਰ ਉਹਦੇ ਵਿੱਚ ਉਹਨਾਂ ਨੇ ਨਵੀਆਂ ਵੀ ਬਿਲਡਿੰਗਾਂ ਬਣਾਉਣੀਆਂ ਨੇ, ਪਰ ਪੁਰਾਣੀਆਂ ਬਿਲਡਿੰਗਾਂ ਨੂੰ ਵੀ ਰੈਟਰੋਫਿੱਟ ਕਰਕੇ ਜੀ ਉਹ ਜਿਹੜਾ ਉਹਨਾਂ ਨੇ ਪ੍ਰੋਜੈਕਟ ਆ ਉਹ ਆਰੰਭਣਾ ਹੈਗਾ। ਅਤੇ ਹੁਣ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਜੀ, ਉਹਦੇ ਵਿੱਚ ਸਾਰੇ ਦੀ ਸਾਰੀ ਨੈਚੁਰਲ ਗੈਸ ਜਿਹੜੀ ਆ ਉਹ ਤਾਂ ਡਾਓ ਵਾਲੇ ਨਹੀਂ ਯੂਜ਼ ਕਰਨਗੇ। ਇਹ ਸਟੈਂਸ ਵੀ ਹੋਰਾਂ ਦਾ ਕਹਿਣਾ ਜੀ, ਉਹ ਕਹਿੰਦੇ ਵੀ ਕੈਨੇਡੀਅਨ ਯੂਟੀਲਿਟੀਜ਼ ਨੇ ਇਹ ਗੱਲ ਪਛਾਣੀ ਆ ਕਿ ਕੋਈ $20 ਬਿਲੀਅਨ ਦੇ ਨਾ ਇੰਡਸਟਰੀਅਲ ਪ੍ਰੋਜੈਕਟਸ ਅਲਬਰਟਾ ਦੇ ਵਿੱਚ ਜਿਹੜੇ ਪ੍ਰਪੋਜ਼ ਕੀਤੇ ਗਏ ਆ ਉਹ ਸਾਰਿਆਂ ਨੂੰ ਇਹਦੀ ਲੋੜ ਪੈਣੀ ਆ। ਔਰ ਉਹ ਕਹਿੰਦਾ ਵੀ ਬਹੁਤ ਵੱਡੀਆਂ ਕੰਪਨੀਆਂ ਬਹੁਤ ਜ਼ਿਆਦਾ ਪੈਸਾ ਇਸ ਪਾਸੇ ਨੂੰ ਹੁਣ ਲਾ ਰਹੀਆਂ। ਇਹਦੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਲੋਕ ਆ ਨਾ, ਕਿਉਂਕਿ ਉਹ ਕਹਿੰਦੇ ਅਲਬਰਟਾ ਦੀ ਪਾਪੂਲੇਸ਼ਨ ਵੀ ਬਹੁਤ ਬੂਮ ਹੋ ਰਹੀ ਆ, ਔਰ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੋਵੇਗੀ, ਯਾਨੀ ਨੈਚੁਰਲ ਗੈਸ ਦੀ। ਅਤੇ ਉਹ ਵੀ ਕਹਿੰਦੇ ਇਕੱਲਾ ਸਿਰਫ ਇਹ ਨਹੀਂ ਕਿ ਡਾਓ ਵਾਲਿਆਂ ਨੂੰ ਪ੍ਰੋਵਾਈਡ ਕਰਨਾ ਜਾਂ ਹੋਰ ਵੱਡੇ ਪ੍ਰੋਜੈਕਟਾਂ ਨੂੰ, ਲੋਕਾਂ ਲਈ ਵੀ ਇਹ ਅਵੇਲੇਬਲ ਹੋਵੇਗੀ ਜੀ। ਔਰ ਇਹ ਜਿਹੜਾ ਕੰਮ ਕਰ ਰਿਹਾ ਜੀ 2026 ਦੇ ਵਿੱਚ ਆਰੰਭ ਹੋਣਾ ਆ, ਅਤੇ 2027 ਦੇ ਚੌਥੇ ਕੁਆਟਰ ਦੇ ਵਿੱਚ ਜਾ ਕੇ ਆਪਰੇਸ਼ਨਲ ਹੋ ਜਾਵੇਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।